ਪੰਜਾਬ ਸਰਕਾਰ ਅਤੇ ਮਾਨਯੋਗ ਡੀ ਜੀ ਪੀ ਸਾਹਿਬ ਜੀ ਦੀਆਂ ਹਦਾਇਤਾਂ 'ਤੇ ਅਤੇ ਸ਼੍ਰੀ ਹਰਮਨਵੀਰ ਸਿੰਘ ਜੀ ਗਿੱਲ ਐੱਸ ਐੱਸ ਪੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਯੋਗ ਹਦਾਇਤਾਂ ਦੇ ਉੱਪਰ ਅਸੀਂ ਜਿਹੜਾ ਅੱਜ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਦੇ ਕਰੀਬ 70 ਪੁਲਿਸ ਮੁਲਾਜ਼ਮਾਂ ਨੇ ਥਾਣਾ ਕਿੱਲਿਆਂ ਵਾਲੀ ਇਹਦੇ ਏਰੀਆ ਦੇ ਵਿੱਚ ਪਿੰਡ ਕਿੱਲਿਆਂ ਵਾਲੀ ਅਤੇ ਔਰ ਮੰਡੀ ਕਿੱਲਿਆਂ ਵਾਲੀ ਦੇ ਵਿੱਚ ਅਸੀਂ ਜਿਹੜਾ ਹੈਗਾ ਨਸ਼ਾ ਤਸਕਰਾਂ ਅਤੇ ਹੋਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਆ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ ਔਰ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਸਰਚ ਕਰਕੇ ਰੇਡ ਕਰਕੇ ਉਹਨਾਂ ਨੂੰ ਬਕਾਇਦਾ ਚੈੱਕ ਕੀਤਾ। ਦੁਆਨੇ ਚੈਕਿੰਗ ਅਸੀਂ ਕੁਛ ਵਹੀਕਲ ਜਿਹੜੇ ਕਬਜ਼ੇ 'ਚ ਲਏ ਆ, ਥੋੜ੍ਹੀ ਬਹੁਤੀ ਬਰਾਮਦਗੀ ਵੀ ਹੋਈ ਆ, ਔਰ ਕੁਛ ਅਸੀਂ ਮਾੜੇ ਅਨਸਰਾਂ ਨੂੰ ਕਾਬੂ ਵੀ ਕੀਤਾ ਔਰ ਜਿਨ੍ਹਾਂ ਦੀ ਹਲੇ ਪੁੱਛਗਿੱਛ ਜਾ ਰਹੀ ਆ, ਜਿਨ੍ਹਾਂ ਬਾਰੇ ਅਸੀਂ ਯੋਗ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆ ਗਿਆ, ਨੈਕਸਟ ਟਾਈਮ ਅਗਲੀ ਕਾਰਵਾਈ ਦੇ ਵਿੱਚ ਉਦੋਂ ਪੁਲਿਸ ਦੇ ਵਿੱਚ ਦੱਸਿਆ ਜਾਏਗਾ। ਦੇਖੋ, ਕੋਈ ਵੀ ਮੁਹਿੰਮ ਹੈ ਪੁਲਿਸ ਇਕੱਲੀ ਕੁਛ ਨਹੀਂ ਕਰ ਸਕਦੀ, ਪਬਲਿਕ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਇਹਨੂੰ ਅੱਗੇ ਕਾਮਯਾਬ ਬਣਾਇਆ ਜਾ ਸਕਦਾ। ਅਤੇ ਮੇਰੀ ਪਬਲਿਕ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸਾਡੇ ਪੁਲਿਸ ਔਫਿਸਰ ਦਾ, ਪੁਲਿਸ ਮੁਲਾਜ਼ਮਾਂ ਦਾ ਇਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ, ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਅਤੇ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੋ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੈ ਦੇ ਨਸ਼ਾ ਤਸਕਰਾਂ ਦੇ ਬਾਰੇ ਖੁੱਲ੍ਹ ਕੇ ਇਤਲਾਹ ਦਿਓ ਤਾਂ ਕਿ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਹੈਗਾ ਜੇਲ੍ਹ ਸੁੱਟਿਆ ਜਾ ਸਕੇ। ਪੰਜਾਬ ਸਰਕਾਰ ਅਤੇ ਮਾਨਯੋਗ ਡੀ ਜੀ ਪੀ ਸਾਹਿਬ ਜੀ ਦੀਆਂ ਹਦਾਇਤਾਂ 'ਤੇ ਅਤੇ ਸ਼੍ਰੀ ਹਰਮਨਵੀਰ ਸਿੰਘ ਜੀ ਗਿੱਲ ਐੱਸ ਐੱਸ ਪੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਯੋਗ ਹਦਾਇਤਾਂ ਦੇ ਉੱਪਰ ਅਸੀਂ ਜਿਹੜਾ ਅੱਜ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਦੇ ਕਰੀਬ 70 ਪੁਲਿਸ ਮੁਲਾਜ਼ਮਾਂ ਨੇ ਥਾਣਾ ਕਿੱਲਿਆਂ ਵਾਲੀ ਇਹਦੇ ਏਰੀਆ ਦੇ ਵਿੱਚ, ਪਿੰਡ ਕਿੱਲਿਆਂ ਵਾਲੀ ਅਤੇ ਔਰ ਮੰਡੀ ਕਿੱਲਿਆਂ ਵਾਲੀ ਦੇ ਵਿੱਚ ਅਸੀਂ ਜਿਹੜਾ ਹੈਗਾ ਨਸ਼ਾ ਤਸਕਰਾਂ ਅਤੇ ਹੋਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਆ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ ਔਰ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਸਰਚ ਕਰਕੇ ਰੇਡ ਕਰਕੇ ਉਹਨਾਂ ਨੂੰ ਬਕਾਇਦਾ ਚੈੱਕ ਕੀਤਾ। ਦੁਆਨੇ ਚੈਕਿੰਗ ਅਸੀਂ ਕੁਛ ਵਹੀਕਲ ਜਿਹੜੇ ਕਬਜ਼ੇ 'ਚ ਲਏ ਆ, ਥੋੜ੍ਹੀ ਬਹੁਤੀ ਬਰਾਮਦਗੀ ਵੀ ਹੋਈ ਆ, ਔਰ ਕੁਛ ਅਸੀਂ ਮਾੜੇ ਅਨਸਰਾਂ ਨੂੰ ਕਾਬੂ ਵੀ ਕੀਤਾ ਔਰ ਜਿਨ੍ਹਾਂ ਦੀ ਹਲੇ ਪੁੱਛਗਿੱਛ ਜਾ ਰਹੀ ਆ, ਜਿਨ੍ਹਾਂ ਬਾਰੇ ਅਸੀਂ ਯੋਗ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆ ਗਿਆ, ਨੈਕਸਟ ਟਾਈਮ ਅਗਲੀ ਕਾਰਵਾਈ ਦੇ ਵਿੱਚ ਉਦੋਂ ਪੁਲਿਸ ਦੇ ਵਿੱਚ ਦੱਸਿਆ ਜਾਏਗਾ। ਦੇਖੋ, ਕੋਈ ਵੀ ਮੁਹਿੰਮ ਹੈ ਪੁਲਿਸ ਇਕੱਲੀ ਕੁਛ ਨਹੀਂ ਕਰ ਸਕਦੀ, ਪਬਲਿਕ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਇਹਨੂੰ ਅੱਗੇ ਕਾਮਯਾਬ ਬਣਾਇਆ ਜਾ ਸਕਦਾ। ਅਤੇ ਮੇਰੀ ਪਬਲਿਕ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸਾਡੇ ਪੁਲਿਸ ਔਫਿਸਰ ਦਾ, ਪੁਲਿਸ ਮੁਲਾਜ਼ਮਾਂ ਦਾ ਇਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ, ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਅਤੇ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੋ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੈ ਦੇ ਨਸ਼ਾ ਤਸਕਰਾਂ ਦੇ ਬਾਰੇ ਖੁੱਲ੍ਹ ਕੇ ਇਤਲਾਹ ਦਿਓ ਤਾਂ ਕਿ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਹੈਗਾ ਜੇਲ੍ਹ ਸੁੱਟਿਆ ਜਾ ਸਕੇ।